प्यारे बच्चों आज जो सीखिए आज दी स्लाइड बच्चों आज दी स्लाइड बहुत ही रोचक जानकारी लेके आई है आगे बढ़िए आज दा दिन ता बच्चों आज दा दिन है वीरवार आज दी मिति है 17 मार्च 2022 आगे बढ़िए आज दा विचार ता बच्चों ਅੱਜ ਦਾ ਵਿਚਾਰ ਬਹੁਤ ਵਧੀਆ ਹੈ ਸਫਲਤਾ ਲਈ ਸੁਪਨੇ ਨਾ ਲਓ ਇਸ ਲਈ ਕੰਮ ਕਰੋ ਹਾਂਜੀ ਬੱਚਿਓ ਸਾਨੂੰ ਸਫਲਤਾ ਦੇ ਲਈ ਸੁਪਨੇ ਨਹੀਂ ਲੈਣੇ ਚਾਹੀਦੇ ਸਗੋਂ ਸਫਲਤਾ ਪ੍ਰਾਪਤ ਕਰਨ ਦੇ ਲਈ ਕੰਮ ਕਰਨਾ ਚਾਹੀਦਾ ਹੈ ਦੇਖੋ ਬੱਚਿਓ ਜੇਕਰ ਆਪਾਂ ਉੱਚੀ ਸੋਚ ਰੱਖਾਂਗੇ ਅਤੇ ਸਖਤ ਮਿਹਨਤ ਕਰਾਂਗੇ ਤਾਂ ਸਾਨੂੰ ਸਫਲਤਾ ਲਈ ਸੁਪਨੇ ਨਹੀਂ ਲੈਣ ਦੀ ਲੋੜ ਹੋਵੇਗੀ ਕਿਉਂਕਿ ਮਿਹਨਤ ਜੋ ਹੈ ਉਹ ਸਾਨੂੰ ਹਮੇਸ਼ਾ ਟੀਚਾ ਅਨਸਲ ਪ੍ਰਾਪਤ ਕਰਨ ਦੇ ਲਈ ਕਰਨੀ ਚਾਹੀਦੀ ਹੈ ਤੇ ਮਿਹਨਤ ਅਸੀਂ ਜਦੋਂ ਸਹੀ ਤਰੀਕੇ ਨਾਲ ਕਰਾਂਗੇ ਤਾਂ ਸਾਨੂੰ ਸਫਲਤਾ ਆਪਣੇ ਆਪ ਮਿਲ ਜਾਏਗੀ ਇਸ ਲਈ ਬੱਚਿਓ ਇਸ ਟੀਚੇ ਦੀ ਮੰਜ਼ਲ ਪਾਰ ਕਰਨ ਦੀ ਸ਼ੁਰੂਆਤ ਸਾਨੂੰ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਕਰਨੀ ਚਾਹੀਦੀ ਹੈ ਬੱਚਿਓ ਮਿਹਨਤ ਨਾਲ ਕੰਮ ਕਰੋ ਸਫਲਤਾ ਬਾਰੇ ਨਾ ਸੋਚੋ ਕਿਉਂਕਿ ਮਿਹਨਤ ਨਾਲ ਕੀਤੇ ਕੰਮ ਵਿੱਚ ਸਫਲਤਾ ਆਪੇ ਹੀ ਤੁਹਾਡੇ ਕਦਮ ਚੁੰਮੇਗੀ ਇਸ ਕਰਕੇ ਸਫਲਤਾ ਪ੍ਰਾਪਤ ਕਰਨ ਦੇ ਲਈ ਸਾਨੂੰ ਸੁਫਨੇ ਨਹੀਂ ਲੈਣੇ ਚਾਹੀਦੇ ਸਗੋਂ ਕੰਮ ਕਰਨਾ ਚਾਹੀਦਾ ਹੈ ਕਿਉਂ ਕਿਉਂਕਿ ਜੇਕਰ ਅਸੀਂ ਮਿਹਨਤ ਨਾਲ ਕੰਮ ਕਰਾਂਗੇ ਤਾਂ ਸਾਨੂੰ ਸਫਲਤਾ ਆਪਣੇ ਆਪ ਮਿਲ ਜਾਏਗੀ ਚਲੋ ਅੱਗੇ ਵਧਿਏ ਗਿਆਨ ਵਿਗਿਆਨ ਦੇ ਪ੍ਰਸ਼ਨਾਂ ਵੱਲ ਤਾਂ ਬੱਚਿਓ ਗਿਆਨ ਵਿਗਿਆਨ ਦਾ ਪਹਿਲਾ ਪ੍ਰਸ਼ਨ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਿਸ ਗੁਰੂ ਨੇ ਕੀਤੀ ਸੀ ਤਾਂ ਬੱਚਿਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ ਬੱਚਿਓ ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣੇ ਸਿੱਖ ਧਰਮ ਦੇ ਪੰਜਵੇਂ ਗੁਰੂ ਹੋਏ ਹਨ ਜਿਨ੍ਹਾਂ ਨੂੰ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ ਹੈ ਬੱਚਿਓ ਇਨ੍ਹਾਂ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 2216 ਸ਼ਲੋਕ ਦਰਜ ਹਨ ਬੱਚਿਓ ਇਹਨਾਂ ਨੇ ਆਦਿ ਗ੍ਰੰਥ ਦਾ ਸੰਕਲਨ 1604 ਈਸਵੀ ਵਿੱਚ ਭਾਈ ਗੁਰਦਾਸ ਜੀ ਤੋਂ ਕਰਵਾਇਆ ਸੀ ਬੱਚਿਓ ਆਦਿ ਗ੍ਰੰਥ ਦੇ ਵਿੱਚ ਧਿਆਨ ਨਾਲ ਸੁਣੋ 5894 ਸ਼ਬਦ 31 ਰਾਗ 1430 ਪੰਨੇ ਅਤੇ 3 ਭਾਗ ਹਨ ਇਸ ਵਿੱਚ 6 ਗੁਰੂਆਂ ਦੀ ਬਾਣੀ ਦਰਜ ਹੈ ਚਲੋ ਅਗਲਾ ਪ੍ਰਸ਼ਨ ਹਾਂਜੀ ਅਗਲਾ ਪ੍ਰਸ਼ਨ ਹੈ ਭਾਰਤ ਦਾ ਰਾਸ਼ਟਰੀ ਝੰਡਾ ਕਿਹੜਾ ਹੈ ਤਾਂ ਬੱਚਿਓ ਆਪਣੇ ਭਾਰਤ ਦਾ ਰਾਸ਼ਟਰੀ ਝੰਡਾ ਹੈ ਤਿਰੰਗਾ ਆ ਦੇਖੋ ਸਭ ਨੇ ਦੇਖਿਆ ਹੀ ਹੈ ਤਿਰੰਗਾ ਬੱਚਿਓ ਇਸ ਬਾਰੇ ਥੋੜੀ ਜਾਣਕਾਰੀ ਲੋ ਤਿਰੰਗਾ ਨੂੰ 22 ਜੁਲਾਈ 1947 ਨੂੰ ਅਪਣਾਇਆ ਗਿਆ ਸੀ ਬੱਚਿਓ ਇਸ ਦੀ ਚੌੜਾਈ ਅਤੇ ਲੰਬਾਈ ਦਾ ਅਨੁਪਾਤ 2 ਅਨੁਪਾਤ 3 ਹੈ ਇਸਦੇ ਤਿੰਨ ਰੰਗ ਹੁੰਦੇ ਹਨ ਪਹਿਲਾ ਕੇਸਰੀ ਦੂਜਾ ਸਫੇਦ ਤੀਜਾ ਹਰਾ ਬੱਚੋ ਸਫੇਦ ਰੰਗ ਵਿੱਚ 24 ਲਾਈਨਾਂ ਦਾ ਅਸ਼ੋਕ ਚੱਕਰ ਹੈ ਜੋ ਨੀਲੇ ਰੰਗ ਦਾ ਹੁੰਦਾ ਹੈ ਚਲੋ ਅੱਗੇ ਵਧੀਏ ਅਗਲਾ ਪ੍ਰਸ਼ਨ ਤਾਂ ਬੱਚੋ ਅਗਲਾ ਪ੍ਰਸ਼ਨ ਹੈ ਪਹਿਲੇ ਦੇਸੀ ਮਹੀਨੇ ਦਾ ਨਾਂ ਕੀ ਹੈ ਤਾਂ ਬੱਚੋ ਆ ਦੇਖੋ ਆ ਹੈ ਦੇਸੀ ਕਲੰਡਰ ਹਾਂਜੀ ਬੱਚੋ ਤਾਂ ਪਹਿਲਾ ਦੇਸੀ ਮਹੀਨਾ ਹੈ ਚੇਤ ਦੇਖੋ ਤਾਂ ਪਹਿਲਾ ਦੇਸੀ ਮਹੀਨਾ ਕਿਹੜਾ ਹੈ ਚੇਤ ਜੇਕਰ ਬੱਚੋ ਆਪਾਂ ਰਾਸ਼ਟਰੀ ਕੈਲੰਡਰ ਦੀ ਗੱਲ ਕਰੀਏ ਤਾਂ ਰਾਸ਼ਟਰੀ ਕੈਲੰਡਰ ਨੂੰ 22 ਮਾਰਚ 1957 ਨੂੰ ਅਪਣਾਇਆ ਗਿਆ ਸੀ ਇਹ ਕਨਿਸ਼ਕ ਦੇ 78 ਈਸਵੀ ਸ਼ਕ ਸੰਮਤ ਦੇ ਆਧਾਰਿਤ ਹੈ ਕਨਿਸ਼ਕ ਦਾ ਨਾਮ ਤਾਂ ਤੁਸੀਂ ਸੁਣਿਆ ਹੀ ਹੋਣਾ ਹੈ ਜਿਸ ਨੂੰ ਦੂਜਾ ਅਸ਼ੋਕ ਵੀ ਕਿਆ ਜਾਂਦਾ ਹੈ ਇਹ ਕੁਸ਼ਾਨ ਵੰਸ਼ ਨਾਲ ਸੰਬੰਧਿਤ ਸੀ ਚਲੋ ਅੱਗੇ ਵਧੀਏ ਅਗਲਾ ਪ੍ਰਸ਼ਨ ਰੋਮਨ ਅੰਕ ਪ੍ਰਣਾਲੀ ਵਿੱਚ 500 ਨੂੰ ਕਿਵੇਂ ਲਿਖਿਆ ਜਾਂਦਾ ਹੈ ਤਾਂ ਬੱਚਿਓ ਇਹ ਹੈ ਰੋਮਨ ਅੰਕ ਪ੍ਰਣਾਲੀ ਦਾ ਚਾਰਟ ਤੁਹਾਡੇ ਸਾਹਮਣੇ ਤਾਂ ਇਸ ਵਿੱਚ 500 ਨੂੰ ਡੀ ਦੇ ਰੂਪ ਵਿੱਚ ਲਿਖਿਆ ਜਾਂਦਾ ਹੈ ਚਲੋ ਅੱਗੇ ਵਧੀਏ ਅਗਲਾ ਪ੍ਰਸ਼ਨ 1 ਕਿਲੋਮੀਟਰ ਵਿੱਚ ਕਿੰਨੇ ਮੀਟਰ ਹੁੰਦੇ ਹਨ ਤਾਂ ਬੱਚਿਓ 1 ਕਿਲੋਮੀਟਰ ਦੇ ਵਿੱਚ 1000 ਮੀਟਰ ਹੁੰਦੇ ਹਨ ਹਾਂਜੀ ਅੱਗੇ ਵਧੀਏ ਆਓ ਬੁੱਝੀਏ ਤਾਂ ਬੱਚਿਓ ਅੱਜ ਦੀ ਬੁਝਾਰਤ ਹੈ ਧਿਆਨ ਨਾਲ ਸੁਣੋ ਇਹ ਹੈ ਸਭ ਤੋਂ ਵਧੀਆ ਸਵਾਰੀ ਨਾ ਤੇਲ ਨਾ ਧੂਆ ਕਰੇ ਦੂਰ ਬਿਮਾਰੀ ਹਾਂਜੀ ਬੱਚਿਓ ਦੇਖੋ ਇੱਕ ਬਹੁਤ ਵਧੀਆ ਸਵਾਰੀ ਹੈ ਜੋ ਕਿ ਨਾ ਤੇਲ ਲੈਂਦੀ ਹੈ ਨਾ ਧੂਆਂ ਲੈਂਦੀ ਹੈ ਸਗੋਂ ਆਪਣੀ ਬਿਮਾਰੀ ਦੂਰ ਕਰਦੀ ਹੈ ਹਾਂਜੀ ਤਾਂ ਦੱਸੋ ਬੱਚਿਓ ਇਸ ਦਾ ਸਹੀ ਉੱਤਰ ਹਾਂਜੀ ਤਾਂ ਇਸ ਦਾ ਸਹੀ ਉੱਤਰ ਹੈ ਸਾਈਕਲ ਚਲੋ ਅੱਗੇ ਵਧੀਏ ਅੱਜ ਦੇ ਸ਼ਬਦ ਤਾਂ ਬੱਚਿਓ ਅੱਜ ਦਾ ਪਹਿਲਾ ਸ਼ਬਦ ਹੈ ਧਿਆਨ ਨਾਲ ਸੁਣੋ ਹੈਲਥ ਹੈਲਥ ਹੁੰਦਾ ਹੈ ਸੇਤ ਅੱਜ ਦਾ ਦੂਸਰਾ ਸ਼ਬਦ ਹੈ ਬਿਊਟੀਫੁਲ ਬਿਊਟੀਫੁਲ ਹੁੰਦਾ ਹੈ ਸੁੰਦਰ अज का तीसरा शब्द है बिल्डिंग बिल्डिंग हूँ इमारत अज का चौथा शब्द है चैकड चैकड होंगे है चैक करना जीरीक्षण करना अज का पब्द है मिसड हों याद करना थैंक यू